ਜਲੰਧਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਵਿੱਢੀ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਸੀ ਆਈ ਏ ਸਟਾਫ ਮਾਨਜੀ ਜਲੰਧਰ ਦੀ ਪੁਲਿਸ ਨੇ ਕੱਲ ਮਿਤੀ 22/5 ਨੂੰ ਦੋ ਦੋਸ਼ੀਆਂ ਵਰਿੰਦਰ ਅਤੇ ਰਾਜਵੀਰ ਨੂੰ ਕਾਬੂ ਕਰਕੇ ਸਮੇਤ ਟਰੱਕ ਨੰਬਰ PP07S9885 ਦੇ ਕਾਬੂ ਕਰਕੇ ਟਰੱਕ ਵਿੱਚੋਂ 25 ਕਿਲੋ ਕਿਚੂਰੋਸ ਬਰਾਮਦ ਕੀਤੀ। ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 126 ਮਿਤੀ 22/5 ਅੰਡਰ ਸੈਕਸ਼ਨ 15-85 ਦਰਜ ਕਰਕੇ ਥਾਣਾ ਡਿਵੀਜ਼ਨ ਨੰਬਰ 8 ਦਰਜ ਕਰਕੇ ਪਟੀਸ਼ਨ ਵਿੱਚ ਲਿਆਂਦੀ। ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ।